ਕਹਿੰਦੇ ਕਿ ਜਲੰਧਰ ਦੀਆਂ ਗਲੀਆਂ ਦੇ ਵਿੱਚ ਬਦਲਾ ਬੌਂਦਲਿਆ ਫਿਰਦਾ। ਅਲੈਕਸ ਨੇ ਜਲੰਧਰ ਦੀ ਤੇ ਦੂਜੇ ਪਾਸੇ ਕਾਂਗਰਸ ਹੈ। ਕਹਿੰਦੇ ਕਿ ਸੈਕਿੰਡ ਪੋਜੀਸ਼ਨ ਤੇ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਕਹਿੰਦੇ ਕਿ ਹੈਗੀ ਹੈ ਪਹਿਲੇ ਨੰਬਰ ਦੇ ਉੱਤੇ। ਹੁਣ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਕਿ 92 ਐਮਐਲਏ ਦਿੱਤੇ ਹੁਣ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਤੁਸੀਂ ਸੰਗਰੂਰ ਵੀ ਹਾਰ ਜੋ ਜਲੰਧਰ ਦੇ ਵਿੱਚ ਸਰਵੇ ਇਹ ਗੱਲ ਕਹਿੰਦੇ ਹੁਣ ਕਿ ਤੁਸੀਂ ਦੂਜੇ ਨੰਬਰ ਤੇ ਹੋ ਫਿਰ ਭਾਈ ਤੁਹਾਡੀਆਂ ਗਲਤੀਆਂ ਨੇ ਕੋਈ ਜਿਹੜਾ ਤੁਸੀਂ ਸੰਗਰੂਰ ਵੀ ਹਾਰ ਗਏ ਨਾ ਜਲੰਧਰ ਦੇ ਵਿੱਚ ਤੁਸੀਂ ਦੂਜੇ ਨੰਬਰ ਤੇ ਚਲੇ ਗਏ ਤਾਂ ਇਹਦਾ ਮਤਲਬ ਹੈ ਤੁਹਾਡੀਆਂ ਗਲਤੀਆਂ ਨੇ ਕੋਈ ਤੁਹਾਡੀ ਨੀਤੀ ਚ ਫਰਕ ਹੈ ਤੁਹਾਡੀ ਰਣਨੀਤੀ ਚ ਫਰਕ ਹੈ ਜਿਸ ਕਰਕੇ ਹਾਲਾਤ ਇੱਥੋਂ ਤੱਕ ਆ ਗਏ 92 ਐਮਐਲਏ ਹੁਣ ਤੁਹਾਡੇ ਕੋਲ ਤੇ ਪਰ ਤੁਸੀਂ ਕੀ ਆਪਣੀ ਕਹੀ ਹੋਈ ਗੱਲਾਂ ਤੇ ਨਹੀਂ ਖੜੇ ਹੈਗੇ ਜਿਹੜੇ ਲੋਕਾਂ ਦੇ ਤੁਸੀਂ ਦਿਲੋਂ ਉੱਤਰ ਗਏ ਮਨੋਂ ਉੱਤਰ ਗਏ ਜਦੋਂ ਭਗਵੰਤ ਮਾਨ ਸਾਹਿਬ ਬੜੇ ਸਤਕਾਰਯੋਗ ਨੇ ਸਾਡੇ ਜਦੋਂ ਉਹ ਪਹਿਲੀ ਵਾਰ ਐਮਪੀ ਬਣੇ ਸੀ 2014 ਦੇ ਵਿੱਚ 2 ਲੱਖ ਤੋਂ ਵੱਧ ਵੋਟਾਂ ਦੇ ਨਾਲ ਜਿੱਤੇ ਸੀ ਮਾਨ ਸਾਹਿਬ ਉਦੋਂ ਮਾਨ ਸਾਹਿਬ ਕਹਿੰਦੇ ਸੀ ਕਿ 17 ਦੀ ਇਲੈਕਸ਼ਨ ਆਉਣੀ ਸੀ ਕਿ ਇੱਕ ਵਾਰ ਸਾਨੂੰ ਮੌਕਾ ਦੇ ਦਿਓ ਇੱਕ ਵਾਰ ਮੌਕਾ ਦੇ ਦਿਓ ਮੁੜ ਕੇ ਕਦੇ ਤੁਹਾਡੇ ਦਰ ਨਹੀਂ ਜਾਵਾਂਗੇ ਜੇ ਤਾਂ ਅਸੀਂ ਕੰਮ ਕੀਤਾ ਹੋਊਗਾ ਤਾਂ ਸਾਨੂੰ ਵੋਟ ਪਾ ਦਿਓ ਜੇਕਰ ਅਸੀਂ ਕੰਮ ਨਹੀਂ ਕੀਤਾ ਹੋਊਗਾ ਤਾਂ ਸਾਨੂੰ ਵੋਟ ਨਾ ਤੁਸੀਂ ਪਾਇਓ ਹੁਣ ਵੀ ਤੁਸੀਂ ਚੰਡੀਗੜ੍ਹ ਬੈਠ ਕੇ ਇਹ ਅਨਾਉਂਸ ਕਰਦੇ ਕਿ ਜੇਕਰ ਤਾਂ ਜਲੰਧਰ ਵਾਸੀਓ ਅਸੀਂ ਕੰਮ ਕੀਤਾ ਸਾਨੂੰ ਪਾ ਦਿਓ ਵੋਟ ਜੇਕਰ ਕੰਮ ਅਸੀਂ ਨਹੀਂ ਕੀਤਾ ਹੈਗਾ ਤਾਂ ਸਾਨੂੰ ਵੋਟ ਨਾ ਫਿਰ ਤੁਸੀਂ ਪਾਇਓ ਹੁਣ ਸਾਨੂੰ ਵੋਟਾਂ ਮੰਗਣ ਦੀ ਫਿਰ ਜਲੰਧਰ ਦੇ ਵਿੱਚ ਕੀ ਲੋਡ ਪੈ ਗਈ ਕਾਂਗਰਸ ਜਿਹੜੀ ਆਪੇ ਪਾਰਟੀ ਹੋਈ ਹੈ ਕਿੰਨੇ ਐਮਐਲਏ ਬੀਜੀ ਕਿੰਨੇ ਸਾਬਕਾ ਐਮਐਲਏ ਵੱਡੇ ਮੰਤਰੀ ਜਿਹੜੇ ਸਾਬਕਾ ਹੈਗੇ ਨੇ ਉਹ ਵਿਜੀਲੈਂਸ ਨੇ ਚੱਕੇ ਹੋਏ ਨੇ ਉਹ ਕਹਿੰਦੇ ਭਾਰੀ ਪੈ ਗਈ ਤੁਹਾਡੇ ਤੇ ਕਾਰਨ ਕੀ ਹੈ ਭਾਰੀ ਪੈ ਗਈ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਨੇ ਉਹ ਵਾਅਦੇ ਨੂੰ ਪੂਰਾ ਕਰੋ ਨੌਜਵਾਨੀ ਨੂੰ ਰੁਸਗਾਰ ਦਿਓ ਰੋਜ਼ਗਾਰ ਦੇਣ ਦੇ ਨਾਲ ਨਾਲ ਜਿਹੜੀ ਨੌਜਵਾਨੀ ਪਰਦੇਸ਼ਾਂ ਦੇ ਵਿੱਚ ਜਾ ਰਹੀ ਆ ਬ੍ਰੇਨ ਡレイン ਹੋ ਰਿਹਾ ਪੰਜਾਬ ਦਾ ਭਗਵੰਤ ਮਾਨ ਸਾਹਿਬ ਖੁਦ ਇਸ ਇਸ਼ੂ ਨੂੰ ਵੱਡੇ ਪੱਧਰ ਤੇ ਉਠਾਉਂਦੇ ਸੀ ਉਹਦਾ ਕੋਈ ਹੱਲ ਕਰੋ ਪੰਜਾਬ ਦਾ ਸਾਰਾ ਸਰਮਾਇਆ ਪਰਦੇਸ਼ਾਂ ਦੇ ਵਿੱਚ ਜਾ ਰਿਹਾ ਕਿਸਾਨੀ ਨੂੰ ਡਿਵੈਲਪ ਕਰਨ ਦੇ ਲਈ ਕੁਝ ਤੁਸੀਂ ਕਰੋ ਐ ਨਾ ਹੋਵੇ ਕਿ ਕਿਤੇ ਕਿਸਾਨੀਆਂ ਦੀਆਂ ਜ਼ਮੀਨਾਂ ਖਤਮ ਹੋ ਜਾਣ ਪੰਜਾਬ ਦੇ ਸਰਦ 3.5 ਲੱਖ ਕਰੋੜ ਦਾ ਕਰਜ਼ਾ ਉਹਦੇ ਲਈ ਤੁਸੀਂ ਕੁਝ ਕਰੋ ਮਜ਼ਦੂਰ ਕਲਾਸ ਦੇ ਲਈ ਤੁਸੀਂ ਕੁਝ ਕਰੋ ਐ ਨਾ ਕਿਤੇ ਹੋਵੇ ਕਿ ਜਿਹੜਾ ਤੁਹਾਡੇ ਕੋਲ 4 ਸਾਲ ਦਾ ਸਮਾਂ ਬਚਿਆ ਇਹਦੇ ਵਿੱਚ ਪੰਜਾਬ ਹੋਰ ਹਿੰਗਾਰ ਵਾਲੀ ਹਾਲਤ ਦੇ ਵਿੱਚ ਆ ਜੇ ਪੰਜਾਬੀਆਂ ਨੂੰ ਤੁਹਾਡੇ ਤੇ ਵੱਟੀਆਂ ਉਮੀਦਾਂ ਨੇ ਤੁਹਾਡੇ ਤੋਂ ਵੱਡੀਆਂ ਆਸਾਂ ਨੇ ਪੰਜਾਬੀਆਂ ਨੂੰ ਉਹਨਾਂ ਆਸਾਂ ਤੇ ਖਰੇ ਉਤਰੋ ਪੂਰੇ ਉਤਰੋ ਉਹਨਾਂ ਆਸਾਂ ਦੇ ਉੱਤੇ ਕੰਮ ਕਰੋ ਭਾਵੇਂ 5 ਸਾਲ ਕੀ 25 ਸਾਲ ਰਾਜ ਕਰੋ